ਅਸੀਂ ਸਾਨੂੰ ਖਰਚਾ ਨਹੀਂ ਮਿਲ ਰਿਹਾ, ਖਰਚਾ ਇਹਨਾਂ ਆਖਿਆ ਵੀ ਖਰਚਾ ਅਸੀਂ ਦੇਵਾਂਗੇ ਤੇ ਅਸੀਂ ਕੀ ਕਰੀਏ, ਕਿੱਥੋਂ ਫਸਲ ਅਸੀਂ ਆਪਣੀ ਪਾਲਣੀ ਹੈ। 12-12 ਕੁਇੰਟਲ ਸਾਡਾ ਝੋਨਾ ਨਿਕਲਿਆ, ਉਹ ਵੀ ਸਾਡਾ ਕੋਈ ਰੇਟ ਨਹੀਂ ਹੋਇਆ, ਅਸੀਂ ਤੇ ਭੁੱਖੇ ਮਰਨ ਵਾਲੀ ਗੱਲ ਹੋ ਗਈ ਆ। ਸਰਕਾਰ ਨੇ ਸਾਡੇ ਕੋਲ ਪਹੁੰਚ ਕੀਤੀ, ਉਹ ਸਾਨੂੰ ਕੀ ਲੋੜ ਹੈ ਉਹਦੇ ਫਾਹ ਲੈਣ ਦੀ। ਚਲੋ ਜੇ ਮਜ਼ਦੂਰ ਕੋਲੋਂ ਅਸੀਂ ਭੁੱਖੜ ਕਢਾਉਣਾ ਹੋਵੇ ਤਾਂ 500 ਰੁਪਈਆ ਇੱਕ ਬੰਦਾ ਮੰਗਦਾ, ਅਸੀਂ 3500 ਰੁਪਈਆ ਬਣਦਾ ਜੇ ਕਿੱਲੇ ਦੇ ਹਿਸਾਬ ਨਾਲ। ਉਹ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਹੌਸਲੇ ਨਾਲ ਕੱਢਣ, ਜੋ ਮਰਜ਼ੀ ਕੱਢਣ, ਅਸੀਂ ਉਹਨਾਂ ਨੂੰ ਕੀ ਕਹਿ ਸਕਦੇ ਹਾਂ। ਇਹ ਮਜ਼ਬੂਰੀ ਸਾਡੀ ਮਜ਼ਬੂਰੀ ਆ, ਸਾਨੂੰ ਦਿਓ 2500 ਰੁਪਈਆ ਦਿਓ ਤਾਂ ਅਸੀਂ ਨਹੀਂ ਲਾਉਂਦੇ, ਕੋਈ ਗੱਲ ਹੀ ਨਹੀਂ।